ਹਾਂਜੀ ਕਿੱਦਾਂ ਸਾਰੇ ਇਹ ਵੀਡੀਓ ਆ ਜੀ ਮੈਂ ਕੱਲ ਕਿਹਾ ਸੀ ਪਈ ਅਮਰੀਕਾ ਦਾ 1 ਲੱਖ ਡਾਲਰ ਦਾ ਵੀ ਨੋਟ ਹੋਇਆ ਮਤਲਬ ਇੱਕ ਨੋਟ ਦੇ ਇੰਡੀਆ ਦੇ 70 ਲੱਖ ਰੁਪਏ ਬਣ ਜਾਂਦੇ ਸੀ ਹਨਾ ਤੇ ਕਈ ਮੈਨੂੰ ਕਈਆਂ ਨੇ ਕਿਹਾ ਤੂੰ ਭਰਾਵਾ ਐਨੀ ਝੂਠੀਆਂ ਰੋੜਦਾ ਰਹਿਣਾ ਇਦਾਂ ਉਦਾਂ ਹਨਾ ਵੀ ਮੈਂ ਕਹਿਣਾ ਹੁੰਦਾ ਮੈਂ ਕੋਈ ਵੀ ਗੱਲ ਕਰਦਾ ਮਤਲਬ ਸਾਰਾ ਕੁਝ ਪਤਾ ਕਰਕੇ ਹੀ ਕਰਦਾ ਹੁੰਨਾ ਅੱਜ ਮੈਂ ਤੁਹਾਨੂੰ ਅਮਰੀਕਾ ਦੇ ਨੋਟ ਜਿਹੜੇ ਹੋਏ ਆ ਉਹਨਾਂ ਬਾਰੇ ਦੱਸੂੰਗਾ ਤੇ ਜਿਹੜੇ ਆਪਣੇ ਤੁਹਾਡੇ ਕੋਈ ਵੀ ਕਿਤੇ ਉਹ ਵੀ ਅਮਰੀਕਾ ਤੋਂ ਉਹਨਾਂ ਨੂੰ ਜਰੂਰ ਇਹ ਵੀਡੀਓ ਦਿਖਾਇਓ ਉਦਾਂ ਵੀ ਸ਼ੇਅਰ ਕਰਦੇ ਹੋ ਸਾਰਿਆਂ ਦੇ ਕੰਮ ਦੀ ਆ ਤੇ ਪਹਿਲਾਂ ਇੱਕ ਗੱਲ ਸ਼ੁਰੂ ਕਰ ਦਮਾ 17 ਤਰੀਕ ਹੈ ਜੀ ਦੂਜੇ ਮਹੀਨੇ ਦੀ 17 ਤਰੀਕ ਨੂੰ ਅੱਜ ਦੇ ਦਿਨ 1980 ਚ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਰਾਜ ਲਾਇਆ ਸੀ ਪੰਜਾਬ ਚ ਦੂਜੇ ਮਹੀਨੇ ਦੀ 17 ਤਰੀਕ 1980 ਚ ਜਿਹੜਾ ਰਾਸ਼ਟਰਪਤੀ ਰਾਜ ਆ ਸਭ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਉਹ ਵੀ ਪੰਜਾਬ 'ਚ ਲੱਗਾ 1952 'ਚ ਹੀ ਨਹੀਂ ਰਾਸ਼ਟਰਪਤੀ ਰਾਜ ਲਾਤਾ ਸੀ ਪ੍ਰੈਜ਼ੀਡੈਂਟ ਰੂਲ ਏ ਕੀ ਹੁੰਦਾ ਇਹਦੇ ਕੀ ਫਾਇਦੇ ਨੁਕਸਾਨ ਆ ਇਹਦੇ ਬਾਰੇ ਵੀ ਪ੍ਰੋਪਰ ਵੀਡੀਓ ਕਰੂੰਗਾ ਤੇ ਸਭ ਤੋਂ ਵੱਧ ਇੰਡੀਆ 'ਚ ਦਿਨਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਪੰਜਾਬ 'ਚ 3500 ਤੋਂ ਵੱਧ ਦਿਨ ਰਾਸ਼ਟਰਪਤੀ ਰਾਜ ਰਿਹਾ ਪੰਜਾਬ 'ਚ ਹਾਂਜੀ ਤੇ ਇਦਾਂ ਦੀਆਂ ਗੱਲਾਂ ਸਾਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਆ ਤੇ ਚਲੋ ਪੰਜਾਬ ਦੀ ਅਣਹੋਣੀ ਕਹਿ ਲਓ ਭਈ ਸਾਡਾ ਯੂਥ ਹੀ ਨਾ ਗੱਲਾਂ 'ਤੇ ਧਿਆਨ ਨਹੀਂ ਦਿੰਦਾ ਪੀ ਸਾਡੇ ਤੇ ਹੀ ਕਿਉਂ ਸਭ ਤੋਂ ਪਹਿਲਾਂ ਆਜ਼ਾਦੀ ਤੋਂ ਰਾਸ਼ਟਰਪਤੀ ਰਾਜ ਲਾਇਆ ਗਿਆ ਤੇ ਪੰਜਾਬ ਤੇ ਹੀ ਕਿਉਂ ਆਲਮੋਸਟ ਲਗਭਗ 10 ਸਾਲ ਪੰਜਾਬ ਚ ਹੀ ਕਿਉਂ ਰਾਸ਼ਟਰਪਤੀ ਰਾਜ ਲੱਗਾ ਰਿਹਾ ਮਤਲਬ ਲਗਾਤਾਰ 10 ਸਾਲ ਨਹੀਂ ਅਟਕ-ਟਕ ਕੇ ਹਨ ਤੇ ਅੱਜ ਦੇ ਦਿਨ ਵੀ 1980 ਚਿੰਦਰਾ ਗਾਂਧੀ ਨੇ ਰਾਸ਼ਟਰਪਤੀ ਰਾਜ ਲਾ ਦਿੱਤਾ ਸੀ ਪੰਜਾਬ ਚ ਕਰਾਂਗੇ ਇਸ ਬਾਰੇ ਵੀ ਵਿਚਾਰ ਚਰਚਾ ਤੇ ਵੀਡੀਓ ਆਜੀ ਅਮਰੀਕਾ ਦੇ ਜਿਹੜੇ ਨੋਟ ਆ ਉਹ ਕਿੰਨੇ ਕਿੰਨੇ ਡਾਲਰ ਦੇ ਆ ਤੇ ਉਹਨਾਂ ਦੇ ਫੋਟੋ ਕਿੰਨਾਂ ਦੀ ਆ ਸਾਰਾ ਕੁਝ ਦੱਸਿਆ ਜਾਊਗਾ ਤੇ ਆਜੋ ਕਰਦੇ ਹਾਂ ਸ਼ੁਰੂ 1 ਡਾਲਰ ਤੋਂ ਸ਼ੁਰੂ ਕਰਦੇ ਆਂ ਤੇ 1 ਲੱਖ ਡਾਲਰ ਤੱਕ ਕੱਪਾ ਲੈ ਕੇ ਜਾਣਾ ਹਾਂਜੀ 1 ਲੱਖ ਡਾਲਰ ਦਾ ਵੀ ਅਮਰੀਕਾ ਦਾ ਨੋਟ ਸੀ ਜਿਹਦੇ ਇੱਕ ਨੋਟ ਦੇ ਇੰਡੀਆ ਦੇ 75-80 ਲੱਖ ਰੁਪਏ ਬਣ ਜਾਣੇ ਸੀ ਹਨਾ 1 ਡਾਲਰ ਦਾ ਨੋਟ ਆ ਜੀ ਇਸ ਤੇ ਫੋਟੋ ਆ ਜੀ ਪਹਿਲਾ ਪ੍ਰੈਜ਼ੀਡੈਂਟ ਅਮਰੀਕਾ ਦਾ ਹੋਇਆ ਜਾਰਜ ਵਾਸ਼ਿੰਗਟਨ ਉਸ ਦੀ ਫੋਟੋ ਆ ਜੀ ਤੇ ਅੱਗੇ ਆ ਜੋ ਸਾਰੇ ਹੀ ਦਿਖਾਉਣੇ ਆ ਤੁਹਾਨੂੰ ਹੁਣ ਤੇ ਇਹ ਆ ਜੀ 2 ਡਾਲਰ 2 ਡਾਲਰ ਦਾ ਨੋਟ ਆ ਇਸਤੇ ਮੀਰਕਾ ਦਾ ਤੀਜਾ ਪ੍ਰੈਜ਼ੀਡੈਂਟ ਹੋਇਆ ਥੋਮਸ ਤੇ ਮਿਸਟਰ ਥੋਮਸ ਦੀ ਫੋਟੋ ਆ ਮੀਰਕਾ ਦੇ 2 ਡਾਲਰ ਤੇ ਓਕੇ ਜੀ ਤੇ ਮਤਲਬ ਚੀਤੇ ਰੱਖ ਲਓ ਕਦੇ ਕੰਮ ਆ ਜੂ ਜ਼ਿੰਦਗੀ ਚ ਮਾੜੀ ਗੱਲ ਤਾਂ ਨਹੀਂ ਪਰ ਕਈਆਂ ਨੇ ਕਹਿਣਾ ਆਪਾਂ ਕੀ ਅਮਰੀਕਾ ਦੇ ਡਾਲਰ ਤੋਂ ਲੈਣਾ ਜਿਹੜੇ ਅਮਰੀਕਾ 'ਚ ਨਹੀਂ ਹੈਗੇ ਜਿੱਦਾਂ ਵੀ ਹਨਾ ਤੇ ਅਮਰੀਕਾ ਦੇ ਡਾਲਰ ਸਾਰੀ ਦੁਨੀਆ 'ਚ ਕਿਉਂ ਚੱਲਦਾ ਭੀ ਜਿਹੜਾ ਦੁਨੀਆ ਦਾ ਕਾਰੋਬਾਰ ਅਮਰੀਕਨ ਡਾਲਰ ਦੇ ਨਾਲ ਕਿਉਂ ਹੁੰਦਾ ਹਨਾ ਯੂਰੋ ਦੇ ਨਾਲ ਨਹੀਂ ਹੁੰਦਾ ਹੋਰ ਕਰੰਸੀਆਂ ਨਾਲ ਨਹੀਂ ਹੁੰਦਾ ਉਹ ਵੀ ਸੰਧੀ ਕਿਹੜੀ ਹੋਈ ਸੀ ਥੋੜਾ ਜਿਹਾ ਅੱਗੇ ਜਾ ਕੇ ਦੱਸ ਦਿਆਂ ਹਨਾ ਤੇ ਆ ਜਾਓ ਜੀ ਤੇ 2 ਡਾਲਰ ਤੋਂ ਬਾਅਦ ਆ ਗਿਆ ਜੀ 5 ਡਾਲਰ ਦਾ ਨੋਟ ਇਸ ਤੇ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਮ ਲਿੰਕਨ ਦੀ ਫੋਟੋ ਆ ਇਹ ਬਾਈ ਬੰਦੇ ਦਾ ਕੱਦ ਬਹੁਤ ਲੰਬਾ ਸੀ ਤੇ ਆਪਣੇ ਹੈਟ 'ਚ ਹੀ ਆਪਣਾ ਜੋ ਸਿਰ ਤੇ ਇਹਦੇ ਹੈਟ ਹੁੰਦੀ ਸੀ ਉਸ 'ਚ ਸਾਰੇ ਡਾਕੂਮੈਂਟ ਲਕੋ ਕੇ ਰੱਖਦਾ ਸੀ ਮਤਲਬ ਇਸ ਬਾਰੇ ਸ਼ਾਇਦ ਤੁਸੀਂ ਸੁਣਿਆ ਹੋਊਗਾ ਕਿਉਂਕਿ ਕਈ ਅਮਰੀਕਾ ਦੇ ਪ੍ਰੈਜ਼ੀਡੈਂਟ ਮਸ਼ਹੂਰ ਬਹੁਤ ਹੋਏ ਆ ਤੇ ਅੱਗੇ ਆ ਜਾਓ ਜੀ ਇਹ ਸੀ ਇਹਨਾਂ ਦੀ ਫੋਟੋ ਆ ਅਮਰੀਕਾ ਦੇ 5 ਡਾਲਰ ਤੇ ਤੇ ਅੱਗੇ ਆ ਗਿਆ ਜੀ ਅਮਰੀਕਾ ਦਾ 10 ਡਾਲਰ ਦਾ ਨੋਟ ਅਮਰੀਕਾ ਦਾ ਜਿਹੜਾ 10 ਡਾਲਰ ਆ ਉਸ ਤੇ ਜਿਹੜੇ ਬੰਦੇ ਦੀ ਫੋਟੋ ਆ ਇਹ ਰਾਸ਼ਟਰਪਤੀ ਨਹੀਂ ਹੋਇਆ ਅਮਰੀਕਾ ਦਾ ਹਾਂਜੀ ਕੁਝ ਕੁ ਬੰਦਿਆਂ ਚੋਂ ਆ ਨਹੀਂ ਤਾਂ ਸਾਰੇ ਨੋਟਾਂ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਫੋਟੋ ਲੱਗੀ ਹੋਂਦੀ ਆ ਪਰ 10 ਡਾਲਰ ਦਾ ਅਮਰੀਕਾ ਦਾ ਜਿਹੜਾ ਨੋਟ ਆ ਉਸ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਨਹੀਂ ਇਹ ਅਲੈਗਜ਼ੈਂਡਰ ਹੇਲਟਨ ਇਹ ਬੰਦੇ ਦਾ ਨਾਮ ਸੀ ਤੇ ਮਤਲਬ ਜੋ ਪੈਸਿਆਂ ਦਾ ਵਿਭਾਗ ਕਹਿ ਲਓ ਹਨ ਉਹਨਾਂ ਦਾ ਇਹ ਮੁਖੀਆਂ ਚ ਉਹਨਾਂ ਚ ਹੋਈ ਸੀ ਮਤਲਬ ਨਾ ਮਤਲਬ ਭਈ ਉੱਚੇ ਅਹੁਦੇ ਵਾਲਾ ਬੰਦਾ ਸੀ ਪਰ ਇਹ ਪ੍ਰੈਜ਼ੀਡੈਂਟ ਨਹੀਂ ਹੋਇਆ ਅਲੈਗਜ਼ੈਂਡਰ ਹੇਲਟਨ 10 ਡਾਲਰ ਦੇ ਨੋਟ ਤੇ ਇਹਦੀ ਫੋਟੋ ਆ ਹੁਣ ਅੱਗੇ ਆਉਣੇ ਜੀ 20 ਡਾਲਰ ਦਾ ਦਿਖਾਉਣੀ ਤੁਹਾਨੂੰ ਇਹ ਆ ਜੀ 20 ਡਾਲਰ ਦਾ ਨੋਟ ਤੇ ਇਸ ਤੇ ਹੈਗੀ ਜੀ ਅਮਰੀਕਾ ਦਾ 7ਵਾਂ ਪ੍ਰੈਜ਼ੀਡੈਂਟ ਹੋਇਆ ਐਂਡਰਿਊ ਜੈਕਸਨ ਤੇ $2 ਤੇ ਫੋਟੋ ਹੈਗੀ ਜੀ ਐਂਡਰਿਊ ਜੈਕਸਨ ਦੀ ਤੇ ਅੱਗੇ ਆ ਗਿਆ ਜੀ 50 ਤੇ ਇਹ ਆ ਜੀ ਅਮਰੀਕਾ ਦਾ $50 ਦਾ ਨੋਟ ਤੇ ਅਮਰੀਕਾ ਦਾ 18ਵਾਂ ਪ੍ਰੈਜ਼ੀਡੈਂਟ ਹੋਇਆ ਉਲਿਆਸਿਸ ਗ੍ਰਾਂਟ ਇਸ ਤਰ੍ਹਾਂ ਦਾ ਕੁਛ ਨਾਂ ਸੀ ਇਹਨਾਂ ਦਾ ਤੇ ਅਮਰੀਕਾ ਦੇ $50 ਤੇ ਮਿਸਟਰ ਗ੍ਰਾਂਟ ਗ੍ਰਾਂਟ ਦੀ ਫੋਟੋ ਆ ਤੇ ਅੱਗੇ ਹੁਣ ਆ ਗਿਆ ਜੀ $100 ਦਾ ਨੋਟ ਆਹ <laughs> ਆਹ 100 ਡਾਲਰ ਦਾ ਜੋ ਕਿ ਅਮਰੀਕਾ ਦਾ ਸਭ ਤੋਂ ਵੱਡਾ ਨੋਟ ਆ ਇਸ ਵੇਲੇ ਤੇ ਇਸ ਤੇ ਫੋਟੋ ਆ ਜੀ ਬੈਂਜਾਮਿਨ ਫ੍ਰੈਂਕਲਿਨ ਮਿਸਟਰ ਬੈਂਜਾਮਿਨ ਫ੍ਰੈਂਕਲਿਨ ਅਮਰੀਕਾ ਦੇ ਰਾਸ਼ਟਰਪਤੀ ਹੋਏ ਵੀ ਜਾਂ ਨਹੀਂ ਵੀ ਹੋਏ ਉਹ ਕਿਸ ਤਰ੍ਹਾਂ ਇਹ ਬੰਦਾ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਿਆ ਪਰ ਅਮਰੀਕਾ ਦਾ ਫਾਊਂਡਿੰਗ ਫਾਦਰ ਇਹਨਾਂ ਨੂੰ ਕਿਹਾ ਜਾਂਦਾ ਮਤਲਬ ਹਨਾ ਪੀ ਅਮਰੀਕਾ ਦਾ ਫਾਊਂਡਿੰਗ ਫਾਦਰ ਫਾਊਂਡਿੰਗ ਫਾਦਰ ਕੀ ਹੁੰਦਾ ਹੁਣ ਤੁਹਾਨੂੰ ਪਤਾ ਹੀ ਹੋਣਾ ਹਨਾ ਤੇ ਇਹ ਰਾਸ਼ਟਰਪਤੀ ਨਹੀਂ ਵੈਸੇ ਕਦੀ ਬਣੇ ਮਿਸਟਰ ਬੈਂਜਾਮਿਨ ਫ੍ਰੈਂਕਲਿਨ ਪਰ ਅਮਰੀਕਾ ਦੇ ਫਾਊਂਡਿੰਗ ਫਾਦਰ ਪਹਿਲੇ ਬੰਦਿਆਂ ਚ ਇਹ ਸੀ ਅਮਰੀਕਾ ਦੇਆਂ ਚੋਂ ਤੇ ਇਸ ਲਈ ਅਮਰੀਕਾ ਦਾ ਸਭ ਤੋਂ ਵੱਡਾ ਨੋਟ ਜੋ ਇਸ ਵੇਲੇ ਚੱਲ ਰਿਹਾ 100 ਡਾਲਰ ਦਾ ਤੇ ਉਸ ਤੇ ਮਿਸਟਰ ਬੈਂਜਾਮਿਨ ਫ੍ਰੈਂਕਲਿਨ ਦੀ ਫੋਟੋ ਆ ਤੇ ਹਾਂਜੀ ਇੱਕ ਮੈਂ ਕਿਹਾ ਸੀ 5 ਡਾਲਰ ਦਾ ਜਿਹੜਾ ਨੋਟ ਦਿਖਾਇਆ ਸੀ ਬ੍ਰਾਮ ਲਿੰਕਨ ਵਾਲਾ ਤੇ ਇਹਨਾਂ ਦੇ ਇਹਨਾਂ ਦੇ ਨੋਟ ਤੇ ਲਿਖਿਆ ਹੁੰਦਾ ਸ਼ਾਇਦ ਮੈਂ ਥੋੜਾ ਜਿਹਾ ਗਲਤ ਵੀ ਕਹਿ ਦਵਾਂ ਤੇ ਸਹੀ ਹੁਣ ਆਲਮੋਸਟ ਇਨ ਗੋਡ ਬੀ ਟਰਸਟ ਕੁਛ ਇਦਾਂ ਦਾ ਲਿਖਿਆ ਹੁੰਦਾ ਹਨਾ ਜਿਨ੍ਹਾਂ ਕੋ ਨੋਟ ਆ ਦੇਖ ਲਿਓ ਕੀ ਆ ਜੂਈ ਆ ਦੱਸਿਓ ਇਨ ਗੋਡ ਬੀ ਟਰਸਟ ਇਦਾਂ ਦਾ ਕੁਛ ਆ ਕਿ ਸਾਨੂੰ ਗੌਰ ਤੇ ਯਕੀਨ ਆ ਜੋ ਵੀ ਉਹ 1964 ਚ ਲਿਖਣਾ ਸ਼ੁਰੂ ਹੋਇਆ ਸੀਗਾ ਉਹ ਵਾਲਾ ਹਨਾ ਜੋ ਵੀ ਆ ਤੇ ਅੱਗੇ ਆ ਜਾਓ ਜੀ ਹੁਣ ਆਪਾਂ ਤੁਹਾਨੂੰ ਉਹ ਨੋਟ ਦਿਖਾਉਣੇ ਜਿਹੜੇ ਤੁਸੀਂ ਦੇਖੇ ਨਹੀਂ ਪਰ ਚੱਲੇ ਅਮਰੀਕਾ 'ਚ ਬੰਦ ਕਰਤੇ ਗਏ ਕੁਝ ਟਾਈਮ ਲਈ ਚੱਲੇ ਜੋ ਵੀ ਆ ਪਰ ਹੋਏ ਆ ਤੇ 100 ਡਾਲਰ ਦਾ ਨੋਟ ਇਸ ਵੇਲੇ ਸਭ ਤੋਂ ਵੱਡਾ ਅਮਰੀਕਾ ਦਾ ਪਰ ਇਹ ਆ ਜੀ 500 ਡਾਲਰ ਦਾ ਨੋਟ ਤੇ 500 ਡਾਲਰ ਦੇ ਨੋਟ ਤੇ ਫੋਟੋ ਆ ਅਮਰੀਕਾ ਦਾ 25ਵਾਂ ਪ੍ਰੈਜ਼ੀਡੈਂਟ ਹੋਇਆ ਮਿਸਟਰ ਮੈਕਨਲੇ ਤੇ ਇਹਨਾਂ ਦੀ ਫੋਟੋ ਆ ਜੀ 500 ਡਾਲਰ ਦੇ ਨੋਟ ਤੇ ਅਮਰੀਕਾ ਦੇ ਤੇ ਜੋ ਕਿ ਇਸ ਵੇਲੇ ਨਹੀਂ ਚੱਲਦਾ ਪਿਆ ਹਨਾ ਪਰ ਚੱਲਿਆ ਕੁਝ ਸਮੇਂ ਲਈ ਚੱਲਿਆ ਤੇ ਕੁਝ ਕੁ ਲੋਕਾਂ ਕੋ ਹੋ ਵੀ ਸਕਦਾ ਹੁਣ ਅੱਗੇ ਆ ਜਾਓ ਤੇ ਵੀਡੀਓ ਚਲਦੀ ਚਲਦੀ ਸ਼ੇਅਰ ਕਰੀ ਚਲੋ ਤੇ ਮਾਣਿਆ ਇਸ ਗੱਲ ਦਾ ਤੁਹਾਡੇ ਪਿਆਰ ਸਦਕਾ ਕੋਈ ਪੰਜਾਬ ਦਾ মিডিਆ ਵੱਡੀ ਅਖਬਾਰ ਟੈਲੀਵਿਜ਼ਨ ਕਦੀ ਕਿਸੇ ਨੇ ਨਹੀਂ ਤੁਹਾਨੂੰ ਦੱਸਿਆ ਹੋਣਾ ਅਮਰੀਕਾ ਦੇ ਨੋਟਾਂ ਬਾਰੇ ਤੇ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਆ ਉਹਨਾਂ ਬਾਰੇ ਤੇ ਮਤਲਬ ਭਈ ਮੈਂ ਵੀ ਭਾਗਾਂ ਵਾਲਾ ਆ ਤੇ ਤੁਸੀਂ ਵੀ ਭਾਗਾਂ ਵਾਲੇ ਇਦਾਂ ਦੀਆਂ ਗੱਲਾਂ ਸਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਹਨਾ ਭਈ ਬਸ ਤੁਸੀਂ ਸ਼ੇਅਰ ਕਰਦੇ ਹੋ ਹੋਰ ਕੁਝ ਨਹੀਂ ਚਾਹੀਦਾ ਹਨਾ ਭਈ ਤੁਹਾਡੇ ਕੋਲ ਡਾਲਰ ਨਹੀਂ ਮੰਗਦਾ ਅਜੇ ਜਦੋਂ ਕੋਈ ਮੰਗਣੇ ਪਏ ਮੰਗ ਵੀ ਲਵਾਂਗੇ ਨਹੀਂ ਕੋਈ ਚੱਕਰ ਨਹੀਂ ਅੱਗੇ ਆ ਜਾਓ ਜੀ ਹੁਣ ਤੁਹਾਨੂੰ ਦਿਖਾਉਨੇ ਹਜ਼ਾਰ ਡਾਲਰ ਦਾ ਨੋਟ ਅਮਰੀਕਾ ਦਾ ਹਜ਼ਾਰ ਡਾਲਰ ਦਾ ਨੋਟ ਦੇਖ ਸਕਦੇ ਆ ਤੁਸੀਂ ਇਹ ਜੀ ਅਮਰੀਕਾ ਦੇ ਰਾਸ਼ਟਰਪਤੀ ਹੋਏ ਆ 22ਵੇਂ ਤੇ 24ਵੇਂ ਮਿਸਟਰ ਕਲੀਵਲੈਂਡ 1000 ਡਾਲਰ ਦੇ ਨੋਟ ਤੇ ਇਹਨਾਂ ਦੀ ਫੋਟੋ ਸੀ ਲਿਖਿਆ ਵੀ ਇਹਨਾਂ ਦਾ ਨਾਮ ਕਲੀਵਲੈਂਡ ਤੇ 1000 ਡਾਲਰ ਤੇ ਇਹਨਾਂ ਦੀ ਫੋਟੋ ਸੀ ਦੇ ਹੁਣ ਆ ਗਿਆ ਜੀ ਅਮਰੀਕਾ ਦਾ 5000 ਡਾਲਰ ਦਾ ਨੋਟ 5000 ਦਾ ਤੇ ਥੋੜਾ ਅਟਕ ਜਾਓ ਬਾਅਦ ਚ ਤੁਹਾਨੂੰ ਦਿਖਾਉਨੇ ਆ ਕੈਟਰੀਨਾ ਤੇ ਗਦਾਫੀ ਵੀ ਦਿਖਾਉਨੇ ਆ ਤੁਹਾਨੂੰ ਆਮ ਤਾਜ ਗਦਾਫੀ ਕੋਲ ਕਟਰੀਨਾ ਬੈਠੀ ਦਿਖਾ ਦਿੰਦੇ ਆ ਤੁਹਾਨੂੰ ਤੇ ਆ ਜੀ 5000 ਡਾਲਰ ਦਾ ਨੋਟ ਇਹ ਵੀ ਨਹੀਂ ਅਮਰੀਕਾ ਦਾ ਰਾਸ਼ਟਰਪਤੀ ਸੀ ਬੰਦਾ ਇਹ ਅਮਰੀਕਾ ਦਾ ਮੇਨ ਬੰਦਿਆ ਚ ਹੋਈ ਸੀ 5000 ਦੇ ਨੋਟ ਤੇ ਦੇਖ ਸਕਦੇ ਆ ਤੁਸੀਂ ਮਿਸਟਰ ਜੇਮਸ ਮੈਡੀਸਨ ਦੇਖੋ ਜੀ ਨਾਂ ਵੀ ਲਿਖਿਆ ਬੰਦੇ ਦਾ ਤੇ ਇਹਨਾਂ ਦੀ 5000 ਡਾਲਰ ਤੇ ਨੋਟ ਤੇ ਫੋਟੋ ਆ ਤੇ ਹੁਣ ਆ ਗਿਆ ਜੀ ਅਮਰੀਕਾ ਦਾ 10000 ਡਾਲਰ ਦਾ ਨੋਟ ਇਹ ਸਭ ਤੋਂ ਵੱਡਾ ਨੋਟ ਸੀ ਜੋ ਕਿ ਲੋਕਾਂ 'ਚ ਵਿਚਰਿਆ ਮਤਲਬ ਨਾ ਲੋਕਾਂ ਦੇ ਹੱਥਾਂ 'ਚ ਆਇਆ ਗਿਆ ਜੋ ਵੀ ਹੈ ਨਾ ਅਮਰੀਕਾ ਦਾ ਸਭ ਤੋਂ ਵੱਡਾ ਨੋਟ ਸੀ ਤੇ ਇਸ ਤੇ ਫੋਟੋ ਮਿਸਟਰ ਸੈਲਮਨ ਪੀ ਚੇਸ ਦੀ ਦੇਖੋ ਚੇਸ ਨਾਂ ਲਿਖਿਆ ਬੰਦੇ ਦਾ ਤੇ 10000 ਡਾਲਰ ਤੇ ਇਸ ਬੰਦੇ ਦੀ ਫੋਟੋ ਸੀ ਇਹ ਮਤਲਬ ਲੋਕਾਂ 'ਚ ਆਇਆ ਨੋਟ ਸਭ ਤੋਂ ਵੱਡਾ ਅਮਰੀਕਾ ਦੇ ਇਤਿਹਾਸ 'ਚ ਜੋ ਆਮ ਲੋਕਾਂ ਨੇ ਵਰਤਿਆ ਹੈ ਨਾ 10000 ਡਾਲਰ ਦਾ ਨੋਟ ਅਮਰੀਕਨ ਦਾ ਤੇ ਹੁਣ ਆ ਗਿਆ 1 ਲੱਖ ਡਾਲਰ 1 ਲੱਖ ਡਾਲਰ ਪਾ ਇੱਕ ਨੋਟ ਨਾਲ ਹੀ ਇੰਡੀਆ ਦਾ 80 90 ਲੱਖ ਕਰੋੜੇ ਹੀ ਬਣ ਗਿਆ ਆਲਮੋਸਟ ਇੱਕ ਨੋਟ ਇੱਕ ਨੋਟ ਨਾਲ ਹੀ ਇੰਡੀਆ ਦਾ ਆਹੋ 75 80 ਕਿੰਨਾ ਵੀ ਰੇਟ ਆ 75 ਲੱਖ ਆਲਮੋਸਟ ਕਰੋੜੇ ਹੀ ਹੋ ਗਿਆ ਅਮਰੀਕਾ ਦਾ ਇੱਕ ਨੋਟ ਇੰਡੀਆ ਦੇ 1 ਕਰੋੜ ਦੇ ਬਰਾਬਰ ਬੱਲੇ ਟੋਡੇ ਓਏ ਆ ਚੱਕੋ ਜੀ ਕੱਲ ਮੈਂ ਵੀਡੀਓ ਪਾਈ ਸੀ ਹੈ ਨਾ ਮੈਂ ਸ਼ੁਰੂ ਚ ਕਿਹਾ ਸੀ ਪੀ ਅਮਰੀਕਾ ਦਾ 1 ਲੱਖ ਡਾਲਰ ਦਾ ਵੀ ਨੋਟ ਹੋਇਆ ਮੈਨੂੰ ਮੈਸੇਜ ਆਇਆ ਵੀ ਤੂੰ ਐਵੇਂ ਗੱਪਾਂ ਛੜਦਾ ਰਹਿਣਾ ਝੂਠੀਆਂ ਖਬਰਾਂ ਪੜਦਾ ਰਹਿਣਾ ਤੇ ਝੂਠੀ ਖਬਰ ਅੱਜ ਤੱਕ ਨਾ ਦੱਸੀਆਂ ਨਾ ਦੱਸਣੀਆਂ ਤੇ ਮਤਲਬ ਕੁਝ ਵੀ ਮੈਂ ਬੋਲਦਾ ਹੁੰਨਾ ਸ਼ੋਰ ਕਰਕੇ ਹੀ ਬੋਲਦਾ ਕਿਸੇ ਪਾਸਿਓਂ ਇਹ 1 ਲੱਖ ਡਾਲਰ ਦਾ ਨੋਟ ਅਮਰੀਕਾ ਦਾ ਦੇਖ ਸਕਦੇ ਆ ਉਹੀ ਪਿੰਡਾਂ 'ਚ ਪੜਿਓ ਪ੍ਰਾਇਮਰੀ ਸਕੂਲ ਨਰੂੜ ਜਿੱਥੇ ਪੜਿਆ ਮੈਂ ਪੰਜਾਬੀ ਸ਼ੁੱਧ ਭਾਸ਼ਾ 'ਚ ਸਮਝਾ ਦਿੰਨੇ ਆ ਤੁਹਾਨੂੰ ਅਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਲੱਖ ਹੀ ਆ ਭਰਾਓ ਬੰਦੇ ਵੀ ਦੇਸੀ ਆ ਤੇ ਆਹੋ ਦੇਸੀ ਆ ਤੇ 1 ਲੱਖ ਡਾਲਰ ਦਾ ਨੋਟ ਅਮਰੀਕਾ ਦਾ ਦੇਖ ਸਕਦੇ ਆ ਤੁਸੀਂ ਇਹ ਆਮ ਲੋਕਾਂ ਚ ਨਹੀਂ ਆਇਆ ਉਨੀ ਮਤਲਬ ਆਪਣੇ ਹੀ ਮਤਲਬ ਸਰਕਾਰ ਨੇ ਜੋ ਵੀ ਹੈ ਨਾ ਉੱਥੇ ਹੀ ਵਰਤਿਆ ਆ ਆਮ ਲੋਕਾਂ ਚ ਜੋ ਦੁਕਾਨਾਂ ਤੇ ਗਿਆ ਜਾਂ ਲੋਕਾਂ ਦੇ ਉਹ 10 ਹਜ਼ਾਰ ਡਾਲਰ ਦਾ ਨੋਟ ਸੀ ਤੇ ਇਹ 1 ਲੱਖ ਡਾਲਰ ਦਾ ਨੋਟ ਅਮਰੀਕਨ 1 ਲੱਖ ਡਾਲਰ ਦਾ ਨੋਟ ਇਹ ਕੋਈ ਫੋਟੋਸ਼ਾਪ ਨਹੀਂ ਕੀਤੀ ਬਈ ਜੇ ਕਿਸੇ ਨੂੰ ਅਜੇ ਵੀ ਨਹੀਂ ਯਕੀਨ ਤੇ ਸਰਚ ਕਰ ਸਕਦੇ ਹੋ ਤੁਸੀਂ ਸਾਰਿਆਂ ਕੋ ਇੰਟਰਨੈਟ ਹੈਗਾ ਹਨਾ ਤੇ 1 ਲੱਖ ਡਾਲਰ ਦੇ ਨੋਟ ਤੇ ਮਿਸਟਰ ਬਿਲਸਨ ਦੀ ਫੋਟੋ ਸੀ ਉਹ ਲਿਖਿਆ ਵੀ ਯਾ ਬਿਲਸਨ ਤੇ ਇਹ ਹੋਇਆ ਜੀ ਅਮਰੀਕਾ ਦੇ ਇਤਿਹਾਸ ਚ ਜਿੰਨੇ ਵੀ ਨੋਟ ਹੋਏ ਜਿੰਨੇ ਵੀ ਪ੍ਰੈਜ਼ੀਡੈਂਟ ਜਾਂ ਨਹੀਂ ਪ੍ਰੈਜ਼ੀਡੈਂਟ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਨਾਂ ਕੀ ਸੀ ਤੇ ਜੇ ਹੁਣ ਅੱਗੇ ਦਿਖਾਉਨੇ ਆ ਤੇ ਤੁਹਾਨੂੰ ਗਦਾਫੀ ਤੇ ਕਟਰੀਨਾ ਤੇ ਗਦਾਫੀ ਤੇ ਕਟਰੀਨਾ ਅਮਰੀਕਾ ਦੇ ਨੋਟਾਂ ਚ ਕਿੱਥੋਂ ਆ ਗਏ ਆ ਜਾਓ ਹਨ ਤੁਹਾਨੂੰ ਦੱਸਦੇ ਆ ਓਕੇ ਜੀ ਹੋ ਗਿਆ ਯਕੀਨ 1 ਲੱਖ ਡਾਲਰ ਦਾ ਵੀ ਨੋਟ ਹੋਇਆ ਅਮਰੀਕਾ ਦਾ ਹਜੇ ਵੀ ਨਹੀਂ ਯਕੀਨ ਦੁਵਾਰਾ ਫੇਰ ਜ਼ੀਰੋਆਂ ਗਿਣ ਲਓ ਕਾਈਦਾ ਹੀ ਨੇ ਇੰਕੜਾ ਤੇ ਇਹਨਾਂ ਇਹਨਾਂ ਦੇ ਨੋਟਾਂ ਤੇ ਇਲੂਮਨਾਤੀ ਦਾ ਵੀ ਸਾਈਨ ਹੁੰਦਾ ਉਹਦੇ ਬਾਰੇ ਵੀ ਵੀਡੀਓ ਪਾਵਾਂਗੇ ਕਿਸੇ ਦਿਨ ਇਲੂਮਨਾਤੀ ਵਾਲੀ ਵੀ ਹਨਾ ਇਹਨਾਂ ਦੇ ਨੋਟਾਂ ਤੇ ਸ਼ਰਿਆਂਵੇਂ ਪਤੰਦਰ ਦੇ ਸਾਈਨ ਇਲੂਮਨਾਤੀ ਦਾ ਪਾਈ ਕਰਦੇ ਆ ਤੇ ਆ ਜਾਓ ਜੀ ਕੈਟਰੀਨਾ ਕੈਟਰੀਨਾ ਮੈਂ ਜਾਣਾ ਤੇ ਆ ਚੱਕੋ ਜੀ ਤੇ ਆ ਬੱਠੀ ਸ਼੍ਰੀਮਤੀ ਕੈਟਰੀਨਾ ਜੀ ਸ਼੍ਰੀਮਤੀ ਨਿਹਤੂ ਪਿਆਜੀ ਤੇ ਹੋਰ ਮਾਡਲ ਹਨਾ ਜੋ ਵੀ ਆ ਤੇ ਹੁਣ ਵਿੱਚ ਗਦਾਫੀ ਤੇ ਕੈਟਰੀਨਾ ਕਿੱਥੋਂ ਆ ਗਏ ਅਮਰੀਕਾ ਦੇ ਨੋਟਾਂ ਦੀ ਗੱਲ ਚੱਲਦੀ ਗਦਾਫੀ ਤੇ ਕੈਟਰੀਨਾ ਵਿੱਚ ਕਈਆਂ ਨੇ ਕਹਿਣਾ ਵੀ ਕਾਦਰ ਖਾਨ ਆ ਹਨਾ ਵੀ ਤੁਸੀਂ ਆਪ ਕਾਮਨ ਸੈਂਸ ਨਾਲ ਸੋਚਿਓ ਵਿਚਾਰੇ ਕਾਦਰ ਖਾਨ ਦੇ ਆਲੇ-ਦੁਆਲੇ ਚਾਰ-ਪੰਜ ਜਣੀਆਂ ਖੜੀ ਜਾਂ ਬਹਿ ਜਊਗੀਆਂ ਤੁਸੀਂ ਕਾਮਨ ਸੈਂਸ ਨਾਲ ਸੋਚ ਲਿਓ ਵੀ ਕਾਦਰ ਖਾਨ ਕਿਹੜਾ ਕਿਸੇ ਦਾ ਕਿਤੇ ਕੰਟਰੀ ਦਾ ਕਿੰਗ ਸੀ ਜਾਂ ਜੋ ਵੀ ਹੈ ਨਾ ਵੀ ਕਾਦਰ ਖਾਨ ਦੇ ਆਲੇ-ਦੁਆਲੇ ਕੈਟਰੀਨਾ ਕਹ ਬਹਿ ਜੂਗੀ ਇਹ ਗਦਾਫੀ ਆ ਲੀਬੀਆ ਦਾ ਜੋ ਹੋਇਆ ਤੇ ਫੋਟੋ ਪੋਸਟ ਕੀਤੀ ਸੀ ਇਹਨਾਂ ਚੋਂ ਕਿਸੇ ਮਾਡਲ ਨੇ ਕੀਤੀ ਸੀ ਹੈਨਾ ਜਿਹੜੀਆਂ ਚਾਰ ਪਿੱਛੇ ਖੜੀਆਂ ਇਹਨਾਂ ਚੋਂ ਹੀ ਕਿਸੇ ਨੇ ਕੀਤੀ ਸੀਗੀ ਤੇ ਉਹਨੇ ਲਿਖਿਆ ਵੀ ਸੀ ਜਦੋਂ ਆਪਾਂ ਇਦਾਂ ਇਦਾਂ ਗਦਾਫੀ ਦਾ ਉਹਨੂੰ ਮੈਂਸ਼ਨ ਵੀ ਕੀਤਾ ਸੀ ਇਹ ਪੂਰੀ ਸੱਚੀ ਖਬਰ ਆ ਇਹ ਕਾਦਰਖਾਨ ਹੈਗਾ ਦੇਖਣ ਨੂੰ ਆ ਕਾਦਰਖਾ ਲੱਗਦਾ ਭੁਲੇਖਾ ਪੈਂਦਾ ਤੇ ਹੁਣ ਗੱਲ ਆ ਗਈ ਭਈ ਅਮਰੀਕਾ ਦੇ ਨੋਟਾਂ ਦੀ ਗੱਲ ਚੱਲਦੀ ਗਦਾਫੀ ਤੇ ਕਿ ਟ੍ਰੀਨਾ ਕਿੱਥੋਂ ਆ ਗਏ ਦਿਖਾਉਣਾ ਮੈਂ ਗਦਾਫੀ ਸੀ ਜਿਹੜਾ ਗਦਾਫੀ ਜਾਂ ਸੁਧਾਮ ਹੁਸੈਨ ਮਾਰੇ ਅਮਰੀਕਾ ਨੇ ਉਹਨਾਂ ਚੱਕਰਾਂ ਕਰਕੇ ਮਾਰੇ ਕਿਉਂਕਿ ਇਹ ਬੰਦਾ ਆਪਣੀ ਵੱਖਰੀ ਗ੍ਰਾਂਥੀ ਸ਼ੁਰੂ ਕਰਨ ਲੱਗਾ ਸੀ ਜਿਹੜੇ ਉੱਧਰ ਦੇ ਦੇਸ਼ ਆ ਹਨ ਇਹਦੇ ਉੱਧਰਲੇ ਕਹਿੰਦੇ ਆਪਾਂ ਉਹ ਨਹੀਂ ਸੁਧਾਮ ਤੇ ਗਦਾਫੀ ਮਾਰੇ ਇਸ ਲਈ ਆਪ ਵੀ ਕਹਿੰਦੇ ਸੀ ਆਪਾਂ ਅਮਰੀਕੀ ਡਾਲਰ ਨੂੰ ਪ੍ਰੂਵ ਨਹੀਂ ਕਰਦੇ ਵੀ ਆਪਾਂ ਤਾਂ ਅਮਰੀਕੀ ਡਾਲਰ ਚ ਆਪਣਾ ਸਾਰਾ ਕੁਝ ਕਰੀਏ ਹਨ ਤੇਲ ਵੇਚੀਏ ਜੋ ਵੀ ਆਪਾਂ ਆਪਣੀ ਗ੍ਰਾਂਥੀ ਚ ਕਰਾਂਗੇ ਜਿਹੜਾ ਅਮਰੀਕੀ ਡਾਲਰ ਆ 1944 ਚ ਬ੍ਰੇਟਨ ਉੱਥੇ ਅਮਰੀਕਾ ਚ ਵਸ਼ਿੰਗਟਨ ਚ ਬ੍ਰੇਟਨ ਹੈਮਪਸ਼ਾਇਰ ਉੱਥੇ 1944 ਚ ਇੱਕ ਸੰਧੀ ਹੋਈ ਸੀ ਤੇ ਉੱਚ 700 ਬੰਦਾ ਆਇਆ ਸੀ ਜਿਹੜੇ ਕਿਉਂਕਿ ਵਰਲਡ ਵਾਰ ਉਸਲੇ ਚੱਲਦੀ ਸੀ ਨਾ 45 44 45 ਚ 700 ਬੰਦਾ ਇਹਨਾਂ ਵਾਲਾ ਆਇਆ ਸੀ ਜਿਹੜਾ ਇਹਨਾਂ ਦੇ ਨਾਲ ਸੀਗੇ ਦੇਸ਼ ਹਨ ਮਤਲਬ ਇੰਗਲੈਂਡ ਹੋ ਗਿਆ ਅਮਰੀਕਾ ਹੋ ਗਿਆ ਹੋਰ ਜੋ ਵੀ ਹਨ ਤੇ 1944 ਚ ਬ੍ਰੇਡਨ ਬੋਰਸ ਐਗਰੀਮੈਂਟ ਨੂੰ ਕਹਿੰਦੇ ਆ ਤੇ ਉਦੋਂ ਸੰਧੀ ਹੋਈ ਸੀ ਤਾਂ ਉਦੋਂ ਡਾਲਰ ਨੂੰ ਅੱਗੇ ਲਿਆਂਦਾ ਗਿਆ ਵੀ ਡਾਲਰ ਇੰਟਰਨੈਸ਼ਨਲ ਕਰੰਸੀ ਹੋਊਗਾ ਜੋ ਵੀ ਹੈ ਨਾ ਬ੍ਰੈਟਨ ਵੂਡਸ ਐਗਰੀਮੈਂਟ 1944 ਸਰਚ ਕਰ ਲਿਓ ਜੇ ਕਿਸੇ ਨੇ ਹੋਰ ਵੀ ਪੜ੍ਹਨਾ ਵੀ ਸਾਲਾ ਡਾਲਰ ਹੀ ਕਦੇ ਚੱਲਦਾ ਚਾਰੇ ਪਾਸੇ ਹੈ ਨਾ ਵੀ ਕਾਰੋਬਾਰ ਦੁਨੀਆ ਦਾ ਇੰਟਰਨੈਸ਼ਨਲ ਅਮਰੀਕਨ ਡਾਲਰ ਚ ਕਿਉਂ ਹੁੰਦਾ ਉਹ ਉਸੇ ਸੰਧੀ ਕਰਕੇ ਹੁੰਦਾ ਜੀ ਅੱਜ ਤੱਕ ਉਹ ਚੱਲਦਾ ਆ ਰਿਹਾ ਤੇ ਇਹ ਬੰਦਾ ਗਦਾਫੀ ਇਹ ਕਹਿੰਦਾ ਸੀ ਆਪਾਂ ਆਪਣੀ ਕ੍ਰਾਂਤੀ ਚਲਾਵਾਂਗੇ ਹਨਾ ਵੀ ਆਪਾਂ ਕਾਹਤੇ ਕਰੀਏ ਸੁਦਾਮ ਹਸੈਨ ਵੀ ਇਦਾਂ ਹੀ ਕਹਿੰਦਾ ਸੀ ਇਹ ਵੀ ਤੇ ਅਗਲੇ ਨੇ ਚੱਕ ਤੇ ਤੇ ਪੋਸਟ ਕਰਾਂਗੇ ਜੀ ਗਦਾਫੀ ਜਾਂ ਹਸੈਨ ਬਾਰੇ ਹੋਰ ਵੀ ਗੱਲਾਂ ਬਹੁਤ ਨੇ ਤੇ ਦੇਖ ਲਓ ਜੀ ਕਟਰੀਨਾ ਹੀ ਆ ਤੇ ਇਹ ਗਦਾਫੀ ਆ ਤੇ ਹੁਣ ਅੱਗੇ ਜਾਂਦੇ ਜਾਂਦੇ ਇੱਕ ਉਹ YouTube ਤੇ ਕਈਆਂ ਨੇ ਮੇਰੇ ਨਾਂ ਤੇ ਨਕਲੀ ਬਣਾਇਓ ਆ ਅਸਲੀ ਜੀ 83.1 ਸਬਸਕ੍ਰਾਈਬਰ ਹੋ ਗਏ ਆ ਤੇ ਫੋਟੋ ਲੱਗੀ ਹੋਆ ਜੀ ਕਰ ਲਓ ਸਬਸਕ੍ਰਾਈਬ YouTube ਵੀ ਉੱਤੇ ਸਾਬੀ ਨੇ ਵੀਡੀਓ ਪਾਉਣੀ ਆ ਕਿ ਕਿਦਾਂ ਹੋਂ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਤੇ ਬਾਕੀ 30 ਕੰਟਰੀਆਂ ਦੇ ਕਿਦਾਂ ਲਵਾਏ ਆ ਤੇ ਹੱਸਦੇ ਰਹੋ ਬਸਦੇ ਰਹੋ ਜੀ ਅਮਰੀਕਾ ਵਾਲਿਆਂ ਨੂੰ ਜ਼ਰੂਰ ਟੈਗ ਕਰਿਓ ਜੋ ਵੀ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਅਮਰੀਕਾ ਚ ਆ ਉਹਨਾਂ ਦੇ ਜਿਆਦਾ ਕੰਮ ਦੀ ਗੱਲ ਆ ਪਰ ਸਾਡੇ ਸਾਰਿਆਂ ਦੇ ਅਸੀਂ ਕਿ ਅਮਰੀਕਾ ਚ ਸਾਡਾ ਕੋਈ ਨਹੀਂ ਹੈਗਾ ਆਪਾਂ ਕਿਸੇ ਵੀ ਦੇਖ ਚਾ ਸਾਡੇ ਵੀ ਕੰਮ ਦੀ ਆ ਕਿਉਂਕਿ ਨੌਲੇਜ ਕਿਸੇ ਵੀ ਦੇਸ਼ ਬਾਰੇ ਹੋਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਹਨਾ ਜੇ ਸਾਡੇ ਕੋਲ 4 ਪੈਸੇ ਹੋਣ ਉਹ ਤਾਂ ਆ ਜਾ ਸਕਦੇ ਆ ਜਿੱਦਾਂ ਅਨਲੰਬਾਨੀ ਕਹਿੰਦਾ ਭਈ ਮੇਰੇ 42 ਬਿਲੀਅਨ ਡਾਲਰ ਸੀ ਹੁਣ ਮੈਂ ਕੰਗਾਲ ਹੋ ਗਿਆ ਹਨਾ ਤੇ 42 ਬਿਲੀਅਨ ਡਾਲਰ ਮਤਲਬ ਨਾ ਭਈ ਇੰਨਾ ਪੈਸਾ ਵੀ ਜਾ ਸਕਦਾ ਜਿਹੜੀ ਨੌਲੇਜ ਆ ਤੁਹਾਡੇ ਕੋਲ ਆ ਜਾਣੀ ਉਹ ਕੋਈ ਖੋ ਨਹੀਂ ਸਕਦਾ ਸਾਰੀ ਉਮਰ ਹਨਾ ਸੋ ਕਰ ਦਿਓ ਜੀ ਸ਼ੇਅਰ ਅਮਰੀਕਨ ਡਾਲਰ ਬਾਰੇ ਵੀਡੀਓ ਤੇ ਬਾਕੀ ਪੰਜਾਬ ਦਾ ਪ੍ਰੈਜ਼ੀਡੈਂਟ ਰੂਲ ਕਿਉਂ ਇੰਨਾ ਟਾਈਮ ਜੋ ਵੀ ਉਹਦੇ ਬਾਰੇ ਵੀ ਕਰਾਂਗਾ ਪ੍ਰੋਪਰ ਵੀਡੀਓ ਤੇ ਮਤਲਬ ਲਿੰਕ ਜਿਵੇਂ ਨਾਮ ਵੀ ਪਾਇਆ ਸੀ ਵੀਡੀਓ ਚ YouTube ਤੁਹਾਡੇ ਕੋ ਸਾਰਿਆਂ ਕੋ ਸਰਚ ਕਰ ਸਕਦੇ ਆ ਆ ਸਰਚ ਕਰ ਲਿਓ ਤਿੰਨੇ ਸਬਸਕ੍ਰਾਈਬਰ ਇਹ ਸਬਸਕ੍ਰਾਈਬ ਕਰ ਲਓ ਫਸਦੇ ਰਹੋ ਬਸਦੇ ਰਹੋ ਜੀ ਅਮਰੀਕਾ ਵਾਲਿਆਂ ਨੂੰ ਜਰੂਰ ਦਿਖਾਓ ਤੇ ਵੈਸੇ ਵੀ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਚ ਅਧਿਓ ਹਿੰਦੀ ਜੋ ਸਵਾਲ ਪਿੰਡ ਨਰੂਡ